ਮਾਂ ਤੇ ਪਿਓ ਨੂੰ ਪਹੁੰਚਾਇਓ ਤੇ ਸਵਾਬ ਤੋਂ ਪਹਿਲਾਂ ਫਿਰ ਆਪ ਨਾ ਉੱਥੇ ਅਪੜ ਗਿਆ ਜੋ ਮਰਦੀ ਆ ਕੇ ਆਵੇ ਤੈਨੂੰ ਦੱਸਾਂ ਸਵਾਬ ਦੇ ਕੰਮ ਆ ਨੇ ਬੜੀ ਪਰੇਸ਼ਾਨੀ ਤੇ ਅਖੀਰ ਕਹਿਣ ਲੱਗੇ ਅੱਲਾ ਦੇ ਬੰਦਿਆ ਮੈਨੂੰ ਇਹ ਦੱਸ ਮੰਗਿਆ ਉਹਨਾਂ ਰੋਟੀ ਨਹੀਂ ਦਿੱਤੀ ਤੇ ਇਸ ਪਿੰਡ ਵਾਲਿਆਂ ਦੀ ਕੰਧ ਟਹਿੰਦੀ ਤੂੰ ਮੈਨੂੰ ਵੀ ਨਾਲ ਡਹਿ ਤੇ ਆਪ ਵੀ ਲੱਗਾ ਫਰਮਾਇਆ ਮੂਸਾ ਤੈਨੂੰ ਪਤਾ ਨਹੀਂ ਇਹ ਗੱਲ ਕੀ ਏ ਇਹ ਕੰਧ ਕਿਨ੍ਹਾਂ ਦੀ ਏ ਅਮਲ ਜਿਦਾਰੋ ਫਗਾਨ ਅਲੇ ਗੁਲਾਮੈਨ ਯਤੀਮੈਨ ਫਿਰ ਮਦੀਨਾ ਇਹ ਸ਼ਹਿਰ ਚ ਦੋ ਯਤੀਮ ਬੱਚਿਆਂ ਦੀ ਦੀਵਾਰ ਏ ਤੇ ਮੈਨੂੰ ਅੱਲਾ ਨੇ ਹੁਕਮ ਫਰਮਾਇਆ ਯਤੀਮਾਂ ਦੀ ਦੀਵਾਰ ਢਹਿ ਨਾ ਜਾਏ ਇਹ ਨੇ ਔਲੀਆ ਉੱਲਾ ਅੱਲਾ ਤਾਲਾ ਔਲੀਆ ਉੱਲਾ ਦੇ ਕਰੀਬ ਫਟਕਣ ਦੀ ਤੋਫੀਕ ਅਤਾ ਫਰਮਾਏ ਔਲੀਆ ਉੱਲਾ ਦੀ ਮਜਲਿਸ ਅਟੈਂਡ ਕਰਨ ਦੀ ਤੋਫੀਕ ਅਤਾ ਫਰਮਾਏ ਤੇ ਵੰਡ ਕਰਿਆ ਕਰੋ ਖੁਦਾਰਾ ਵਲੀ ਕੌਣ ਏ ਬਲੀ ਕੌਣ ਏ ਤੇ ਫਰੇਬੀ ਕੌਣ ਏ ਅੱਜ ਜ਼ਮਾਨਾ ਉਹ ਹੈ ਡਾਕੂ ਚੰਗਾ ਭਲਾ ਵੱਡਾ ਚੋਰ ਸੌ ਮੁਕਦਮਾ ਮਾਰਿਆ ਗਿਆ ਹੈ ਸੀ ਇੱਕ ਪਾਰਟੀ ਦਾ ਉਸ ਪਾਰਟੀ ਨੇ ਉਹਦੀ ਕਬਰ ਤੇ ਖਾਨਗਾਹ ਬਣਾਈ ਆ ਤੇ ਹੁਣ ਉਹਦਾ ਉਰਸ ਹੋਇਆ ਹੈ ਚੰਦ ਦਿਨ ਪਹਿਲਾਂ ਡਾਕੂ ਤੇ ਹੁਣ ਉਹ ਬਲੀ ਉੱਲਾ ਉਹ ਹਾਲ ਏ ਔਲੀਆ ਉੱਲਾ ਜਿਹੜੇ ਸਹੀ ਨੇ ਉਹਨਾਂ ਦੀ ਤੋਹੀਨ ਏ ਮੇਰੇ ਮੋਹਤਰਮ ਭਾਈਓ ਜਨਾਬ ਸਰੂਰੇ ਕਾਇਨਾਤ ਸੱਲੱਲਾਹੁ ਤਾਲਾ ਅਲੈਹ ਵਾਲੀ ਸਲਮ ਪਿਲਾ ਕੇ ਪੀ ਕੇ ਉਥੋਂ ਤੁਰ ਗਏ ਉਹਦਾ ਖਾਵਨ ਬਾਅਦ ਚ ਆਇਆ ਤੇ ਵੇਖ ਕੇ ਚੌਂਪੜੀ ਵੱਲ ਤੇ ਬੜਾ ਖੁਸ਼ਗਵਾਰ ਫਜ਼ਾ ਮਹਿਸੂਸ ਕੀਤੀ ਉਸ ਮਕਬੂਲ ਸ਼ਖਸ ਕਹਿੰਦਾ ਏ ਕਿ ਨਿਗਾਹੇ ਕੇ ਉਫਤਦ ਨਿਗਾਹੇ ਕੇ ਉਫਤਦ ਬਹਾਰ ਮਰਗ ਜ਼ਾਰੇ ਗੁਲਿਸਤਾਂ ਗੁਲਿਸਤਾਂ ਬਹਾਰੇ ਬਹਾਰੇ ਐ ਮੇਰੀ ਬੀਵੀ ਜਿੱਧਰ ਧਿਆਨ ਮਾਰਨਾ ਬਹਾਰ ਹੀ ਬਹਾਰ ਅੱਜ ਚੌਂਪੜੀ ਨਜ਼ਰ ਆਉਂਦੀ ਹੈ ਗੱਲ ਕੀ ਆਖਣ ਲਈ ਕੁਛ ਨਾ ਪੁੱਛ ਤੂੰ ਤੇ ਕਰਮਾ ਦਾ ਟੁਰ ਗਿਓ ਨਾ ਤੇਰੇ ਪਿੱਛੋਂ ਦੋ ਜਣੇ ਆਏ ਜਣੇ ਆ ਜਣਿਓ ਬੈਠੇ ਜਣਿਓ ਕਲਾਸ਼ਨ ਕੋਫ ਕੋਲੇ ਮੋੜਾਂ ਤੇ ਖਲੋਤੇ ਨੇ ਮਾਵਾਂ ਦੇ ਲਾਲ ਕੋਈ ਤੁਰਿਆ ਜਾਂਦਾ ਆਵੇ ਉਹਦੀ ਸਾਈਕਲ ਖੋਹ ਲਈਏ ਕਿਸੇ ਦੇ ਕੱਪੜੇ ਲਾ ਲਈਏ ਕਿਸੇ ਦੇ ਪੈਸੇ ਖੋਹ ਲਈਏ ਅਣੇ ਚੁੱਕਣਿਓ ਤੇ ਔਰਤਾਂ ਅਗਵਾ ਕਰਨ ਵਾਲਿਓ ਅੱਲਾ ਤਾਲਾ ਤੋਫੀਕ ਨਸੀਬ ਫਰਮਾਵੇ ਮਰਦ ਤੋਂ ਪਹਿਲੇ ਪਹਿਲੇ ਤੋਬਾ ਕਰੋ ਬਹਾਦਰਾਂ ਦਾ ਇਹ ਕੰਮ ਨਹੀਂ ਆ ਬਹਾਦਰਾਂ ਦੇ ਕੰਮ ਨੇ ਕਿਹੜੇ ਮਾ ਖਤਬੋ ਕੁਮਾ ਕਾਲਤਾ ਲਾ ਨਸਕੀ ਹੱਤਾ ਯੁਸ ਮਾਬੂਨਾ ਸ਼ੇਖੁਨ ਕਬੀਰ ਬੀਬੀ ਗੱਲ ਕੀ ਆ ਬੱਕਰੇ ਨੂੰ ਪਾਣੀ ਕਿਉਂ ਨਹੀਂ ਡਾਉਂਦੀਆਂ ਦੋਵਾਂ ਨੇ ਆਖਿਆ ਜਨਾਬ ਡਾਈਏ ਕੀ ਅਸੀਂ ਉਹਨਾਂ ਚਿਰ ਨਹੀਂ ਪਾਣੀ ਡਾਉਣਾ ਜਦ ਤੱਕ ਇਹ ਚਰਵਾਹੇ ਚਲੇ ਨਾ ਜਾਣ ਬੇਗਾਨਿਆਂ ਮਰਦਾਂ ਵਿੱਚ ਮੇਲ ਜੋ ਸਾਡੀ ਸ਼ਰੀਅਤ ਅੰਦਰ ਜਾਇਜ਼ ਹੀ ਨਹੀਂ ਬੱਕਰੀਆਂ ਭੁੱਖੀਆਂ ਮਰ ਜਾਣ ਤੇ ਮਰ ਜਾਣ ਜੋ ਹੋਣਾ ਹੋ ਜਾਏ ਦੁਨੀਆਂ ਦਾ ਮਾਲ ਤਬਾਹ ਹੋ ਜਾਏ ਰੂਹ ਦਾ ਮਾਲ ਈਮਾਨ ਤੇ ਗੈਰਤ ਈਮਾਨੀ ਚ ਫਰਕ ਨਾ ਆਣੇ ਪਾਏ ਇਹ ਟੁਰ ਜਾਣਗੇ ਬੱਕਰੀ ਨੂੰ ਪਾਣੀ ਮਿਲੇ ਨਾ ਮਿਲੇ ਇਹ ਬਰਦਾਸ਼ਤ ਕਰ ਲਾਂਗੀਆਂ ਜਿਹੜਾ ਟੋਇਆਂ ਚ ਬਚੇਗਾ ਉਹ ਪਿਲਾ ਕੇ ਟੁਰ ਜਾਵਾਂਗੀਆਂ ਤੇ ਜੇ ਤੁਸੀਂ ਆਖੋ ਫਿਰ ਐਡੀਆਂ ਪਰਹੇਜ਼ਗਾਰ ਚਾਰਨ ਕਿਉਂ ਆਈਆਂ ਗੱਲ ਏ ਵੇ ਬਾਬੂਨਾ ਸ਼ੇਖੁਨ ਕਬੀਰ ਸਾਡਾ ਬਾਪ ਬੁੜਾ ਹੈ ਤੇ ਭਰਾ ਸਾਡਾ ਕੋਈ ਨਹੀਂ ਜਣਾ ਹੈ ਕੌਣ ਮੂਸਾ ਅਲੈਹ ਸਲਾਮ ਜਵਾਨਾਂ ਦੇ ਕੰਮ ਇਹ ਨੇ ਜੇ ਕਿਤੇ ਹੁੰਦਾ ਨਾ ਪਾਕਿਸਤਾਨੀ ਜਵਾਨ ਤੇ ਬੱਕਰੀਆਂ ਖਿੱਚ ਕੇ ਲੈ ਜਾਂਦਾ ਉਹ ਜੁੱਤੀਆਂ ਨਹੀਂ ਛੱਡਦੇ ਅੱਲਾ ਦੀ ਕਸਮ ਰੋਣ ਦਾ ਮਾਮਲਾ ਹੈ ਜੁੱਤੀਆਂ ਨਹੀਂ ਛੱਡਦੇ ਗਰੀਬਾਂ ਦੇ ਜੋ ਹੋ ਰਹੀ ਹੈ ਇਹ ਤੇ ਕਿਆਮਤ ਨੂੰ ਪਰਦੇ ਫਾਸ਼ ਹੋਣਗੇ ਨਾ ਜੋ ਕੁਛ ਕੀਤੀ ਜਾ ਰਹੀ ਹੈ ਅਣਾ ਐਡਾ ਕੁ ਹੁੰਦਾ ਹੈ ਅਣਾ ਐਡਾ ਕੁ ਜੰਮਦਾ ਹੈ ਤੇ 2 ਕਰੋੜ ਦੀ ਕੋਠੀ ਉਹਦੇ ਵਾਸਤੇ ਤਿਆਰ ਹੋ ਜਾਂਦੀ ਹੈ ਗਰੀਬਾਂ ਦੇ ਖੈਰ ਖਾ ਜੀਉਂਦੇ ਰਹੋ ਤੇ ਜੇ ਅਣੀ ਜੰਮਦੀ ਆ ਉਹਦੇ ਵਾਸਤੇ ਫਿਰ ਕੋਠੀ ਤਿਆਰ ਹੋ ਜਾਂਦੀ ਆ ਤੇ ਇੱਥੇ ਝੁੱਗੀ ਨਹੀਂ ਲੱਭਦੇ ਗਰੀਬ ਨੂੰ ਫਿਰ ਗਰੀਬਾਂ ਦੇ ਖੈਰ ਖਾ ਅੱਲਾ ਇਹਨਾਂ ਧੋਖਿਆਂ ਨੂੰ ਖੋਲੇਗਾ ਜਵਾਨ ਆਇਆ ਅੱਛਾ ਤੁਹਾਡਾ ਬਾਪ ਬੁੜਾ ਹੈ ਤੁਸੀਂ ਬੱਕਰੀ ਨੂੰ ਪਾਣੀ ਡਾ ਸਕਦੀਆਂ 7 ਦਿਨ ਹੋਏ ਨੇ ਮੂਸਾ ਲੈ ਸਾ ਉਹਨੇ ਰੋਟੀ ਨਹੀਂ ਖਾਧੀ ਕਾ ਦੀਆਂ ਕੁੰਪਲੀਆਂ ਦਰਖਤਾਂ ਦੇ ਕੂਲੇ ਕੂਲੇ ਪੱਤੇ ਖਾ ਕੇ ਇਹ 7 ਦਿਨ ਗੁਜ਼ਾਰੇ ਪੈਰੋਂ ਨੰਗਾ ਸਿਰੋਂ ਨੰਗਾ ਮੂਸਾ ਦੇ ਸਲਾਤ ਉਸਲਾਮ ਫਰਮਾਉਂਦੇ ਨੇ ਫਜ਼ਾਕਾ ਖਬਰ ਦੇ ਰਿਹਾ ਖੁਦਾ ਫਜ਼ਾਕਾ ਲਹੂ ਮਾ ਸੁਮਾ ਤਵੱਲਾ ਇਲਾ ਜ਼ਿਲੇ ਫਕਾਲ ਰੱਬੇ ਇਨੀ ਲਿਮਾ ਅਨਜ਼ਲਤਾ ਇਲਈਆ ਮਿਨ ਖੈਰਿਨ ਫਕੀਰ ਪਾਣੀ ਡਾ ਦਿੱਤਾ ਉਹਨਾਂ ਲੜਕੀਆਂ ਦੀਆਂ ਬੱਕਰੀਆਂ ਨੂੰ ਤੇ ਫਿਰ ਆ ਗਏ ਸਾਏ ਥੱਲੇ ਤੇ ਕਿਹਨੂੰ ਪੁਕਾਰਿਆ
میرے کئی ویر کہندے نے سارے نے آدم تو لے کے علی نو پکاریا, سارے تو لے کے آدم تو لے کے تے ہن تک سب علی نو پکار دے گئے, تے علی کنو پکار دا گیا؟ بولو نہیں نہیں, علی انہوں پکار دا ہونا. یارو جھوٹ دا بھی کوئی ماں پیو ہونا چاہیے. علی نے جب پکاریا اللہ نے پکاریا, مصطفیٰ نے جب پکاریا اللہ نے پکاریا, کیوں سارے سمجھتے ہیں مشکل کشا کون ہے؟ اللہ. مشکل بنی علی اتے پکاریا اللہ نے, مشکل بنی حسین اتے پکاریا اللہ نے, مشکل بنی حسن تے پکاریا اللہ نے. چونکہ ایسے لئے موضوع ہوئیے کنوں پکاریا, پانی داتا او تر گئیاں کلے رہ گئے درخت تھلے آ کے, تے کنوں پکاریا؟ یارو قرآن سچا ہے کہ نہیں؟ بالکل سچا ہے. شیعاں دا بھی ہوئی ہے, سنیاں دا بھی ہوئی ہے. اس قرآن دے وچ لکھیا ہے اللہ فرمانے نے جس لئے درخت تھلے آ گئے تے کی آکھیا, رب انی لما انزلتا الیا من خیر فقیر. اللہ میں تیرے کول خیر دا سوال لیا, کدے کول سوال کیتا ہے؟ فقیر ہاں, محتاج ہاں, اللہ مینوں خیر پا. سر چ پاؤن نوں تھاں نہیں لبدا, تھاں بھی دے, پیٹ چ پاؤن نوں لقمہ لبدا, روٹی بھی دے, جگہ بھی منگی اللہ کولوں, روٹی منگی تے اللہ کولوں, دکھ بنے تے دکھ دور کرانے واسطے فریاد اللہ کول کرنی چاہیے. جواناں دے اے کام نے, جواناں دے اے کام نے. ہن جواناں دا کی کام ہے؟ ڈنڈی لا رہی ستی پی بی بی دی مائی دی ایتھوں کر کے لا کے کھچ کے نا, تے او دا سارا ہی آ جانا نا, انہوں کی آن دے نے کان, اے ٹوٹ گیا تے رونڈا پی ہائے میں مر گئی, تے آن دا ہے مائی سویرے اٹھ کے تیل تے حال دی لالی آرام آ جائے گا. بندہ پوچھے ارسطو دیا پتا تینو بے حیا شرم نہیں آئی؟ پر کوئی گل نہیں, کوئی گل نہیں, کوئی گل نہیں. اے زنانیاں دے راج روز نہیں رہنے, زنانیاں دے راج روز نہیں رہنے. اور شریعت دے مخالفین اے ہون یا ہور کی ہون, چند دن ہاں ہتھ پرانے کھوسلے بسنتے ہونی آئے, چند دن دے بعد سورج چڑھنے والا ہے انشاءاللہ. اس ملک وچ مصطفیٰ دی شریعت نافذ ہو کے رہے گی انشاءاللہ. آنکھو چور دا ہتھ کٹنا ظالمانہ روش ہے, ظالمانہ نہیں منصفانہ روش ہے. اے چور دے ہتھ کٹے جان گے, چورو توبہ کر لو, چورو توبہ کر لو. چور دا ہتھ کٹیا جائے گا, زانی نو, زانی نو سر عام درے مارے جان گے, سنسار کیتا جائے گا. اور دند دے بدلے دند, نک دے بدلے نک, جڑے جڑی دفعات جڑے حکم قرآن نے بیان کیتے ہیں ایک ایک نافذ ہو کے رہے گا. میں تانوں پوچھنا ہے اس ملک میں شریعت محمدی نافذ ہونی چاہیے کہ نہیں؟ چاہیے کہ نہیں؟ ہاتھ کھڑے کرو سارے. نعرہ تکبیر اللہ اکبر.